ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵੇਰ ਦਾ ਸਮਾਂ ਲਗਭਗ 6 ਵਜੇ ਸੀ ਅਤੇ ਅੱਜ ਮੈਂ ਜਾਣਾ ਸੀਗਾ ਟ੍ਰਿਪ 'ਤੇ, ਅਤੇ ਟ੍ਰਿਪ ਜਾ ਰਿਹਾ ਸੀ ਔਫਿਸ ਵੱਲੋਂ, ਅਤੇ ਅਸੀਂ ਅੱਜ ਜਾ ਰਹੇ ਸੀ ਅੰਮ੍ਰਿਤਸਰ, ਅਤੇ ਅੰਮ੍ਰਿਤਸਰ ਦੇ ਵਿੱਚ ਅਸੀਂ ਜਾਣਾ ਸੀ ਹਰਿਮੰਦਰ ਸਾਹਿਬ, ਅਤੇ ਉਸ ਤੋਂ ਬਾਅਦ ਜਾਣਾ ਸੀਗਾ ਸਾਡਾ, ਅਤੇ ਮੰਨੀ ਮੈਨੂੰ ਮੇਰੇ ਔਫਿਸ ਛੱਡਣ ਜਾ ਰਿਹਾ ਸੀ। ਫਿਰ ਅਸੀਂ ਸਾਰਿਆਂ ਨੇ 11 ਨੰਬਰ ਦੀ ਬੱਸ ਫੜੀ ਅਤੇ ਅਸੀਂ ਹੌਲੀ ਹੌਲੀ ਤੁਰ ਕੇ ਗਾਂ ਵਧੇ, ਕਿਉਂਕਿ ਬੱਸ ਸਾਡੀ ਥੋੜ੍ਹੀ ਜਿਹੀ ਦੂਰ ਖੜੀ ਸੀ, ਅਤੇ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਸੀ, ਨਾਲੇ ਸਵੇਰ ਦਾ ਸਮਾਂ ਸੀ ਅਤੇ ਬਹੁਤ ਵਧੀਆ ਲੱਗ ਰਿਹਾ ਸੀ। ਹੈਲੋ ਦੋਸਤੋ, ਕੀ ਹਾਲ ਚਾਲ ਜੀ? ਹੈਲੋ ਜੀ। ਹੈਲੋ ਹੈਲੋ। ਫਿਰ ਵਾਰੋ ਵਾਰੀ ਅਸੀਂ ਸਾਰੇ ਬੱਸ 'ਚ ਚੜ੍ਹੇ ਅਤੇ ਆਪਣੀਆਂ ਆਪਣੀਆਂ ਸੀਟਾਂ ਭਾਲਣ ਲੱਗੇ, ਅਤੇ ਮੈਂ ਆਪਣੀ ਸੀਟ ਦੇ ਉੱਤੇ ਲਿਫਾਫਾ ਟੰਗ ਦਿੱਤਾ ਖਾਣ ਪੀਣ ਵਾਲੇ ਸਮਾਨ ਦਾ, ਜਿਹੜਾ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ। ਬੱਸ ਹਲੇ ਸਾਡੀ ਤੁਰੀ ਵੀ ਨਹੀਂ ਸੀ ਅਤੇ ਅਸੀਂ ਤਾਸ਼ ਖੇਡਣੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਨੂੰ ਆਪਣਾ ਹਾਲ ਚਾਲ ਜ਼ਰੂਰ ਦੱਸ ਦਿਓ, ਇਹਨਾਂ ਦੀ ਹਾਜ਼ਰੀ ਆਪਾਂ ਲਗਵਾ ਦਿੱਤੀ ਹੈ। ਪੱਤੇ ਬੰਦ ਹੋਏ ਅਤੇ ਇੱਥੇ ਫਿਰ ਸਾਰਿਆਂ ਨੇ ਅੰਤਾਕਸ਼ਰੀ ਖੇਡਣੀ ਸ਼ੁਰੂ ਕਰ ਦਿੱਤੀ। ਫਿਰ ਵਾਰੀ ਆਈ ਪਹਿਲੇ ਸਟੋਪੇਜ ਦੀ, ਅਤੇ ਪਹਿਲਾ ਸਟੋਪ ਸਾਡਾ ਲੱਗਾ ਜਲੰਧਰ ਹਵੇਲੀ, ਅਤੇ ਕਿਉਂਕਿ ਸਵੇਰ ਦਾ ਸਮਾਂ ਸੀ ਅਤੇ ਬ੍ਰੇਕਫਾਸਟ ਕਰਨਾ ਸੀ, ਅਤੇ ਸਾਰਿਆਂ ਦੇ ਢਿੱਡਾਂ 'ਚ ਚੂਹੇ ਛਾਲਾਂ ਮਾਰ ਰਹੇ ਸੀ, ਕਿਉਂਕਿ ਸਾਰਿਆਂ ਨੂੰ ਭੁੱਖ ਲੱਗੀ ਹੋਣੀ ਹੈ। ਅਤੇ ਇਹ ਉਹ ਵਾਲਾ ਏਰੀਆ ਜਿੱਥੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਫੋਟੋਆਂ ਖਿੱਚਦੇ ਨੇ। ਵੈਸੇ ਤਾਂ ਹਵੇਲੀ ਮੈਂ ਬਹੁਤ ਵਾਰੀ ਆਇਆ, ਪਰ ਜਦੋਂ ਤੁਸੀਂ ਗਰੁੱਪ ਨਾਲ ਆਉਂਦੇ ਹੋ ਤਾਂ ਉਦੋਂ ਇੱਕ ਵੱਖਰਾ ਹੀ ਮਾਹੌਲ ਹੁੰਦਾ ਹੈ। ਵੈਸੇ ਤਾਂ ਹਵੇਲੀ ਵਰਗੀਆਂ ਹੋਰ ਵੀ ਥਾਵਾਂ ਨੇ ਪੰਜਾਬ ਵਿੱਚ, ਪਰ ਹਰ ਜਗ੍ਹਾ ਦੀ ਆਪਣੀ ਇੱਕ ਵੱਖਰੀ ਪਛਾਣ ਹੁੰਦੀ ਹੈ। ਇਸ ਕਰਕੇ ਮੇਰੇ ਹਿਸਾਬ ਨਾਲ ਇਹ ਜਿਹੜੀ ਹਵੇਲੀ ਹੈ, ਇਹ ਪੰਜਾਬ ਦੀ ਸਭ ਤੋਂ ਖੂਬਸੂਰਤ ਹਵੇਲੀ ਬਣੀ ਹੋਈ ਹੈ। ਵੈਸੇ ਤਾਂ ਗਰਮੀ ਬਹੁਤ ਸੀ, ਪਰ ਪਾਣੀ ਦੀਆਂ ਵਾਛੜਾਂ ਅਤੇ ਪੱਖਿਆਂ ਦੀ ਠੰਡੀ ਠੰਡੀ ਹਵਾ ਨੇ ਮਾਹੌਲ ਬਹੁਤ ਹੀ ਖੁਸ਼ਨੁਮਾ ਕੀਤਾ ਪਿਆ ਸੀ। ਲੋਕ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਸੀ। ਹੁਣ ਵਾਰੀ ਸੀ ਸਵੇਰ ਦੇ ਖਾਣੇ ਯਾਨੀ ਕਿ ਬ੍ਰੇਕਫਾਸਟ ਦੀ, ਅਤੇ ਬ੍ਰੇਕਫਾਸਟ ਥੋੜ੍ਹਾ ਜਿਹਾ ਸਾਡਾ ਲੇਟ ਹੋ ਰਿਹਾ ਸੀ ਅਤੇ ਭੁੱਖ ਬਹੁਤ ਜ਼ਿਆਦਾ ਲੱਗੀ ਸੀ, ਇਸ ਕਰਕੇ ਸਾਰੇ ਇੱਕ ਦੂਜੇ ਦੇ ਮੂੰਹਾਂ ਵੱਲ ਵੇਖ ਰਹੇ ਸੀ। ਤੇ ਫਿਰ ਫਾਈਨਲੀ ਅਸੀਂ ਪਹੁੰਚੇ ਹਰਿਮੰਦਰ ਸਾਹਿਬ, ਤੇ ਅੱਜ ਸੋਚ ਲਿਆ ਸੀ ਕਿ ਅੱਜ ਮੱਥਾ ਟੇਕੇ ਬਿਨਾਂ ਮੁੜਨਾ ਨਹੀਂ, ਕਿਉਂਕਿ ਜਿੰਨੀ ਵਾਰੀ ਵੀ ਆਈਏ ਹਰ ਵਾਰ ਸੰਗਤ ਦਾ ਭਾਰੀ ਇਕੱਠ ਹੁੰਦਾ ਹੈ, ਤੇ ਇਸ ਕਰਕੇ ਕਈ ਵਾਰੀ ਬਿਨਾਂ ਮੱਥਾ ਟੇਕੇ ਮੁੜਨਾ ਪੈਂਦਾ ਹੈ ਮਜਬੂਰੀ ਦੇ ਵਿੱਚ, ਪਰ ਅੱਜ ਅਸੀਂ ਠਾਣ ਲਿਆ ਸੀ ਕਿ ਮੱਥਾ ਟੇਕਣ ਬਿਨਾਂ ਮੁੜਨਾ ਹੀ ਨਹੀਂ। ਸ਼ਨੀਵਾਰ ਦਾ ਦਿਨ ਅਤੇ ਦੁਪਹਿਰ ਦਾ ਸਮਾਂ ਅਤੇ ਸੰਗਤ ਦਾ ਕਾਫੀ ਜ਼ਿਆਦਾ ਭਾਰੀ ਇਕੱਠ ਸੀ, ਅਤੇ ਘੱਟੋ ਘੱਟ ਅਸੀਂ 2 ਘੰਟੇ ਲਾਈਨ ਦੇ ਵਿੱਚ ਲੱਗੇ ਰਹੇ, ਅਤੇ ਫਾਈਨਲੀ ਅਸੀਂ ਮੱਥਾ ਟੇਕ ਲਿਆ, ਅਤੇ ਸੱਚ ਮੰਨਿਓ ਇਸ ਵਾਰ ਰੂਹ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ। ਫਿਰ ਅਸੀਂ ਫਾਈਨਲੀ ਪਹੁੰਚੇ ਸਾਡਾ ਪਿੰਡ, ਅਤੇ ਇਹ ਜਗ੍ਹਾ ਮੈਂ ਪਹਿਲੀ ਵਾਰੀ ਦੇਖ ਰਿਹਾ ਸੀ,
ਤੇ ਜੇ ਤੁਸੀਂ ਵੀ ਆਉਣਾ ਚਾਹੁੰਦੇ ਹੋ ਆਪਣੀ ਫੈਮਿਲੀ ਨਾਲ ਤੇ ਪਲੀਜ਼ ਸਾਰਾ ਕੁਝ ਕਨਫਰਮ ਕਰਕੇ ਆਇਓ। ਜਿੱਥੇ ਤੱਕ ਮੈਂ ਸੁਣਿਆ ਕਹਿੰਦੇ ਨੇ ਕਿ 3500 ਰੁਪਏ ਦੇ ਵਿੱਚ ਇੱਕ ਤੁਹਾਨੂੰ ਰੂਮ ਮਿਲ ਜਾਏਗਾ 24 ਘੰਟੇ ਲਈ। ਬਾਕੀ ਤੁਸੀਂ ਜਦੋਂ ਵੀ ਆਉਣਾ ਕਨਫਰਮ ਕਰਕੇ ਆਉਣਾ, ਠੀਕ ਹੈ ਜੀ। ਤੇ ਫਿਰ ਅਸੀਂ ਝੋਲੇ ਝੋਲੇ ਚੱਕੇ ਤੇ ਆਪਾਂ ਪਹੁੰਚ ਗਏ ਸਾਡਾ ਪਿੰਡ ਦੇ ਅੰਦਰ। ਫਿਰ ਗਾਂ ਵਧੇ ਤੇ ਇਹ ਸਾਨੂੰ ਘੜੇ ਉਬਲਦੇ ਪਾਣੀ ਵਾਲੇ ਦਿਖਾਈ ਦਿੱਤੇ, ਪਰ ਇਹ ਉਬਲਦਾ ਪਾਣੀ ਨਹੀਂ ਹੈ, ਇਹ ਠੰਡਾ ਪਾਣੀ ਹੈ ਤੇ ਫੁਹਾਰੇ ਟਾਈਪ ਜੇ ਲੱਗੇ ਹੋਏ ਨੇ, ਹਨਾ, ਤੇ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੇ ਸੀ। ਤੇ ਬਾਕੀ ਸਾਰਿਆਂ ਨੇ ਬੈਗ ਚੱਕੇ ਹੋਏ ਸੀ ਤੇ ਹੌਲੀ ਹੌਲੀ ਗਾਂ ਵੱਧ ਰਹੀ ਸੀ ਆਪਣੇ ਕਮਰਿਆਂ ਵੱਲ, ਕਮਰੇ ਲੱਭ ਰਹੇ ਸੀ ਸਾਰੇ। ਤੇ ਕਾਫੀ ਜ਼ਿਆਦਾ ਅੰਦਰ ਜਾ ਕੇ ਤੁਰ ਕੇ ਜਾਣਾ ਪੈਂਦਾ ਤੇ ਫਿਰ ਸਾਨੂੰ ਉੱਥੇ ਕਮਰੇ ਮਿਲ ਜਾਂਦੇ ਨੇ। ਤੇ ਜਿਵੇਂ ਜਿਵੇਂ ਗਾਂ ਵੱਧ ਰਹੇ ਸੀ ਤੇ ਖੂਬਸੂਰਤ ਨਜ਼ਾਰੇ ਹੋਰ ਵਧੀਆ ਵਧੀਆ ਦੇਖਣ ਨੂੰ ਮਿਲ ਰਹੇ ਸੀ ਤੇ ਮੇਰਾ ਮਨ ਨਹੀਂ ਸੀ ਕਰ ਰਿਹਾ ਕਿ ਮੈਂ ਕੈਮਰਾ ਬੰਦ ਕਰਾਂ। ਤੇ ਸਾਹਮਣੇ ਫਾਈਨਲੀ ਨਜ਼ਰ ਆਇਆ ਵੱਡਾ ਸਾਰਾ ਗੇਟ ਤੇ ਉਹ ਢੋਲ ਜਿਹਾ, ਜਿਹੜਾ ਨਗਾੜਾ ਕਹਿੰਦੇ ਜਿਹਨੂੰ, ਉਹ ਨਗਾੜਾ ਲੱਗਾ ਹੋਇਆ ਤੇ ਬਹੁਤ ਸੋਹਣਾ ਉੱਪਰ ਲੋਗੋ ਲੱਗਾ ਹੈ ਸਾਡਾ ਪਿੰਡ ਦਾ। ਤੇ ਫਿਰ ਇੱਧਰ ਤੋਪਾਂ ਤੂਪਾਂ ਜਾਂ ਪਈਆਂ ਤੇ ਹੋਰ ਬਹੁਤ ਸਾਰਾ ਏਰੀਆ ਜਿਹੜਾ ਬੱਸ ਮੋੜਦਾ, ਬੱਸ ਮੋੜਦਾ ਰਿਸੈਪਸ਼ਨ ਹੈ। ਇੱਥੋਂ ਅਸੀਂ ਵਾਪਸ ਮੁੜ ਗਏ ਕਿਉਂਕਿ ਸਾਡਾ ਰਿਸੈਪਸ਼ਨ ਤੁਸੀਂ ਵੈਸੇ ਵੀ ਦੇਖਿਆ ਹੋਣਾ ਟੀਵੀ ਵਿੱਚ, ਹੈ ਨਾ, ਪਾਕਿਸਤਾਨ ਦੇ ਵਿੱਚ ਵੀ ਕਾਫੀ ਮਸ਼ਹੂਰ ਨੇ, ਹੈ ਨਾ। ਮੰਜੀ ਤੇ ਸਾਹਮਣੇ ਗਾਂ ਵਧੇ ਬੱਚਾ ਜਾਂ ਘਰ ਦੇਖੋ ਕਿੰਨਾ ਸੋਹਣਾ ਲੱਗਦਾ। ਉਹ ਸਾਰਾ ਟੋਟਲ ਇੱਦਾਂ ਬਣਾਇਆ ਹੋਇਆ ਨਾ ਜਿੱਦਾਂ ਪੁਰਾਣਾ ਪਿੰਡਾਂ ਦਾ ਮਾਹੌਲ ਹੁੰਦਾ ਸੀ। ਇੱਕ ਪਿੰਡ ਹੁੰਦਾ ਸੀਗਾ ਪਿੰਡਾਂ ਦੇ ਚੁਰਾਹੇ ਗਲੀਆਂ, ਇਹ ਬਾਬਾ ਜੀ ਪੁਰਾਣੀ ਵਾਲੀ ਇਹਦੇ ਵਿੱਚ ਆਪਾਂ ਫਿਲਮਾਂ ਦੇਖ ਦਿੰਦੇ ਸੀ ਜੋ ਵੀ, ਹੈ ਨਾ, ਛੋਟੇ ਮੋਟੇ ਛੋਟੇ ਹੁੰਦੇ ਤੇ ਗਾਣੇ ਦੇਖ ਦਿੰਦੇ ਸੀਗੇ ਤੇ ਉਹ ਚੀਜ਼ ਹੈ। ਤੇ ਬਹੁਤ ਵੱਡਾ ਆਈ ਅੰਮ੍ਰਿਤਸਰ ਲਿਖਿਆ ਹੈ, ਮੈਨੂੰ ਲੱਗਿਆ ਕਿ ਆਈ ਲਵ ਅੰਮ੍ਰਿਤਸਰ ਲਿਖਿਆ, ਪਰ ਕਿਲਾ ਆਈ ਅੰਮ੍ਰਿਤਸਰ ਲਿਖਿਆ ਹੈ ਕਿ ਮੈਂ ਅੰਮ੍ਰਿਤਸਰ, ਮਤਲਬ ਇਹ ਸਾਰਾ ਅੰਮ੍ਰਿਤਸਰ ਦਾ ਮਾਹੌਲ ਹੈ, ਇੱਕ ਪਿੰਡ ਦਾ ਮਾਹੌਲ ਹੈ ਅੰਮ੍ਰਿਤਸਰ ਵੀ, ਠੀਕ ਹੈ ਜੀ। ਤੇ ਆਹ ਗੇਟ ਬਣਾਇਆ ਹੋਇਆ ਘੜਿਆਂ ਦੇ ਨਾਲ, ਬਹੁਤ ਜ਼ਿਆਦਾ ਖੂਬਸੂਰਤ ਲੱਗਦਾ। ਤੇ ਇੱਕ ਖਾਸ ਗੱਲ ਹੋਰ ਹੈ ਵੀ ਜਿੱਦਾਂ ਜਿੱਦਾਂ ਤੁਸੀਂ ਅੱਗੇ ਵਧੀ ਜਾਂਦੇ ਹੋ ਤੁਹਾਨੂੰ ਗਰਮੀ ਬਿਲਕੁਲ ਨਹੀਂ ਲੱਗੇਗੀ, ਕਿਉਂਕਿ ਪਾਣੀ ਦੀਆਂ ਵਿਛਾੜਾਂ ਤੁਹਾਡੇ 'ਤੇ ਪੈਂਦੀਆਂ ਰਹਿੰਦੀਆਂ। ਥਾਂ ਥਾਂ 'ਤੇ ਉਹਨਾਂ ਨੇ ਪੱਖੇ ਲਾਏ ਹੋਏ ਆ ਅਤੇ ਪਾਈਪਾਂ ਲਾਈਆਂ ਹੋਈਆਂ ਪਾਣੀ ਵਾਲੀਆਂ, ਅਤੇ ਜਿਹੜਾ ਤੁਹਾਨੂੰ ਬਿਲਕੁਲ ਗਰਮੀ ਮਹਿਸੂਸ ਨਹੀਂ ਹੋਣ ਦਿੰਦੀਆਂ। ਅਤੇ ਬਹੁਤ ਸੋਹਣੀਆਂ ਚੀਜ਼ਾਂ ਗਾਂ ਐਕਸਪਲੋਰ ਕਰਨ ਨੂੰ ਮਿਲਦੀਆਂ। ਆਹ ਦੇਖੋ ਤੁਸੀਂ, ਅਤੇ ਇਹ ਬੁੱਤ ਲੱਗਾ ਹੋਇਆ ਬਹੁਤ ਸੋਹਣਾ, ਇਹ ਪਤਾ ਨਹੀਂ ਮਹਾਰਾਜਾ ਰਣਜੀਤ ਸਿੰਘ ਦਾ, ਪਤਾ ਨਹੀਂ ਕਿਹਦਾ, ਅਤੇ ਉਹ ਪਿੱਛੇ ਘੜੂਕਾ ਖੜਾ, ਉਹ ਦੇਖੋ ਭੂੰਡ ਜਿਹੜਾ ਕਾਲਾ ਭੂੰਡ ਹੁੰਦਾ ਸੀਗਾ ਅਤੇ ਉਹਨੂੰ ਹੁਣ ਕੋਈ ਹੋਰ ਹੀ ਰੰਗ ਕੀਤਾ ਪਿਆ। ਅਤੇ ਇੱਧਰ ਦੁਕਾਨਾਂ ਵੀ ਨੇ, ਹੈ ਨਾ, ਅੰਦਰ ਬਹੁਤ ਸਾਰੀਆਂ ਦੁਕਾਨਾਂ ਜਿੱਥੋਂ ਤੁਸੀਂ ਅਸਲ ਦੀਆਂ ਚੀਜ਼ਾਂ ਵੀ ਲੈ ਸਕਦੇ ਹੋ, ਜਿੱਦਾਂ ਜਨਾਨੀਆਂ ਦੀਆਂ ਜੁੱਤੀਆਂ, ਸੂਟ ਬੰਦਿਆਂ ਦੇ, ਹੈ ਨਾ, ਹੋਰ ਵੀ ਕੱਪੜੇ ਆ, ਕਾਫੀ ਚੀਜ਼ਾਂ ਇੱਥੇ ਤੁਸੀਂ ਖਰੀਦ ਸਕਦੇ ਹੋ। ਅਤੇ ਬਹੁਤ ਸਾਰੀਆਂ ਅਲੱਗ ਅਲੱਗ ਦੀਆਂ, ਆਹ ਸਰਪੰਚ ਦਾ ਘਰ ਹੈ, ਉਹ ਦੇਖੋ, ਇਹ ਸਾਰੇ ਬੰਦੇ ਵਿਚਾਰੇ ਤਨਖਾਹ 'ਤੇ ਰੱਖੇ ਹੋਏ ਨੇ ਅਤੇ ਬਹੁਤ ਸੋਹਣਾ, ਯਾਨੀ ਕਿ ਇਹ ਨਾਟਕ ਜਿਹਾ ਕਰਦੇ ਰਹਿੰਦੇ ਨੇ ਹਰ ਟਾਈਮ, ਠੀਕ ਹੈ। ਅਤੇ ਬਹੁਤ ਸਾਰੇ ਲੋਕ ਇੱਥੇ ਦੇਖਣ ਆਉਂਦੇ ਨੇ ਹਰ ਟਾਈਮ, ਇੱਥੇ ਭੀੜ ਹੁੰਦੀ ਹੈ ਥੋੜ੍ਹੀ ਬਹੁਤੀ, ਹੈ ਨਾ, ਲੋਕ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਅਤੇ ਬਾਕੀ ਜਿਹੜੇ ਇੱਥੇ ਦੇ ਇੰਪਲੋਈਜ਼ ਨੇ ਉਹਨਾਂ ਦੇ ਜਿਹੜੀਆਂ ਔਰਤਾਂ, ਉਹਨਾਂ ਨੇ ਪੀਲੇ ਤਰ੍ਹਾਂ ਦੇ ਕੱਪੜੇ ਪਾਏ ਹੁੰਦੇ, ਪੀਲੇ ਰੰਗ ਦੇ। ਅਤੇ ਬੰਦੇ ਜਿਹੜੇ ਆ, ਜਿਹੜੇ ਆਦਮੀ ਹੈ, ਉਹਨਾਂ ਦੇ ਥੋੜ੍ਹੇ ਜਿਹੇ ਫੋਰਮਲ ਟਾਈਪ ਦੇ ਕੱਪੜੇ ਪਾਏ ਹੁੰਦੇ। ਅਤੇ ਆਹ ਪੁਰਾਣਾ ਫੋਨ ਆ ਦੇਖੋ, ਵਿੱਚ ਸਿੱਕਾ ਪਾਓ ਅਤੇ ਫੋਨ ਕਰੋ, ਆਹ ਲੈਟਰ ਬੋਕਸ ਆ ਗਿਆ। ਅਤੇ ਇਹ ਪੁਰਾਣੇ ਟਾਈਮ ਦਾ ਮੋਟਰਸਾਈਕਲ ਜਿਹੜਾ ਕਿਸੇ ਫਿਲਮ ਵਿੱਚ ਯੂਜ਼ ਹੋਇਆ ਸੀ। ਅਤੇ ਇੱਧਰ ਪੁਰਾਣੇ ਟਾਈਪਰਾਈਟਰ ਯੇ ਵੋ, ਹੈ ਨਾ, ਬੜਾ ਕੁਛ ਪਿਆ ਹੋਇਆ, ਬਹੁਤ ਜ਼ਿਆਦਾ ਚੀਜ਼ਾਂ ਐਕਸਪਲੋਰ ਕਰਨ ਵਾਲੀਆਂ। ਅਤੇ ਫਾਈਨਲੀ ਆਹ ਦੇਖੋ, ਇਹ ਪ੍ਰਾਈਵੇਟ ਕੋਟੇਜ ਹੈ, ਯਾਨੀ ਕਿ ਪ੍ਰਾਈਵੇਟ ਰੂਮਸ ਨੇ ਇੱਥੇ ਸਾਰੇ, ਤੁਸੀਂ ਲੈ ਸਕਦੇ ਹੋ ਨਾ ਗੈਸਟ ਰੂਮ ਸਾਰੇ।
ਤੇ ਇਹਦਾ ਕਿਰਾਇਆ ਵੀ ਤੁਹਾਨੂੰ ਮੇਰੇ ਹਿਸਾਬ ਨਾਲ ਇਹਨਾਂ ਦੀ ਵੈਬਸਾਈਟ ਤੇ ਪਤਾ ਚੱਲ ਜਾਂਦਾ ਤੇ ਮੈਂ ਜਿੰਨਾ ਕੁ ਸੁਣਿਆ ਤੇ ਉਹ ਕਹਿੰਦੇ ਕਿ ਫਿਰ ਵੀ ਸਵਾਦ ਲੱਗਿਆ ਤੇ ਇੱਥੇ ਲੱਸੀ ਬਣਦੀ ਹੈ ਬਹੁਤ ਜ਼ਿਆਦਾ ਸਵਾਦ ਲੱਸੀ ਔਰ ਲੱਸੀ ਦਸ ਗਲਾਸ ਪੀ ਸਕਦੇ ਜ਼ਿਆਦਾ ਸਵਾਦ ਲੱਸੀ ਫਰੀ ਹੈ ਸਾਰਾ ਕੁਝ ਆਪਣਾ ਫਰੀ ਹੈ ਜੋ ਵੀ ਕੋਈ ਪੈਸੇ ਦੇਣੇ ਪਏ ਉਹ ਸਾਰਾ ਕੁਝ ਵਿੱਚ ਇਨਕਲੂਡਿਡ ਹੁੰਦਾ ਠੀਕ ਹੈ ਤੁਹਾਡੀ ਟਿਕਟ ਦੇ ਵਿੱਚ ਠੀਕ ਹੈ ਜੀ ਅਤੇ ਆਹ ਪੁਰਾਣੇ ਸਵਿੱਚ ਇਹ ਪਹਿਲਾਂ ਇਹ ਸਾਡੇ ਪਿੰਡ ਵੀ ਸਾਡੇ ਘਰ ਮੇਰੇ ਹਿਸਾਬ ਨਾਲ ਹੱਲੇ ਵੀ ਹੈ ਨੇ ਅਤੇ ਆਹ ਚੀਜ਼ ਵੀ ਸਾਡੇ ਪਿੰਡ ਹੁਣ ਤੱਕ ਰਹੀ ਹੈ ਸਾਡੇ ਘਰ ਦੇ ਵਿੱਚ ਪਿੰਡ ਵਾਲੇ ਅਤੇ ਆਹ ਸੰਦੂਕ ਆ ਪੁਰਾਣਾ ਅਤੇ ਇਹ ਸਾਰੇ ਆਹ ਪੂਰੇ ਕਮਰੇ ਦੇ ਵਿੱਚ ਸਾਰੀਆਂ ਪੁਰਾਣੀਆਂ ਚੀਜ਼ਾਂ ਰੱਖੀਆਂ ਹੋਈਆਂ ਉਹਨਾਂ ਨੇ ਏ ਟੂ ਜ਼ੈਡ ਤੁਸੀਂ ਨਿਗਾਹ ਮਾਰ ਸਕਦੇ ਹੋ ਆਹ ਦੇਖੋ ਬਹੁਤ ਸਾਰੀਆਂ ਆਹ ਰੇਡੀਓ ਪੁਰਾਣਾ ਬਹੁਤ ਜ਼ਿਆਦਾ ਖੂਬਸੂਰਤ ਬਹੁਤ ਜ਼ਿਆਦਾ ਵਧੀਆ ਮਨਮੋਹਕ ਚੀਜ਼ਾਂ ਨੇ ਇਹ ਕਿਉਂਕਿ ਇਹ ਚੀਜ਼ਾਂ ਗਵਾਚ ਚੁੱਕੀਆਂ ਨੇ ਹੁਣ ਤੁਹਾਨੂੰ ਆਮ ਇਹ ਕਿਸੇ ਘਰਾਂ ਵਿੱਚ ਨਹੀਂ ਮਿਲਣਗੀਆਂ ਅਤੇ ਇਹ ਇੱਥੇ ਦਾ ਡੀ ਜੇ ਵਾਲਾ ਪੈਲਸ ਅਤੇ ਇੱਥੇ ਹਰ ਟਾਈਮ ਗਾਣੇ ਚੱਲਦੇ ਨੇ ਡੀ ਜੇ ਚੱਲਦੇ ਨੇ ਅਤੇ ਰਾਤੀ 6 ਵਜੇ ਤੋਂ ਲੈ ਕੇ 10 ਵਜੇ ਤੱਕ ਇੱਥੇ ਡੀ ਜੇ ਦਾ ਔਰਕੈਸਟਰਾ ਦਾ ਪ੍ਰੋਗਰਾਮ ਹੁੰਦਾ ਉਸ ਤੋਂ ਪਹਿਲਾਂ ਪੂਰਾ ਦਿਨ ਤੁਸੀਂ ਆਪਣਾ ਇੱਥੇ ਨੱਚ ਸਕਦੇ ਹੋ ਗਾਣੇ ਲਵਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ 6 ਵਜੇ ਤੋਂ ਲੈ ਕੇ 10 ਵਜੇ ਤੱਕ ਇਹਨਾਂ ਦਾ ਪ੍ਰੋਗਰਾਮ ਹੁੰਦਾ ਔਰਕੈਸਟਰਾ ਵਾਲਿਆਂ ਦਾ ਅਤੇ ਇਹ ਤੁਹਾਨੂੰ ਬਹਿ ਕੇ ਹੀ ਦੇਖਣਾ ਪੈਂਦਾ ਫਿਰ ਨਜ਼ਰ ਆਈ ਬਚਪਨ ਦੀ ਬਹੁਤ ਖੂਬਸੂਰਤ ਤਸਵੀਰ ਯਾਨੀ ਕਿ ਇਹ ਬੁੱਤ ਜਿਹੜੇ ਇਹ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਸਾਈਕਲ 'ਤੇ ਬੈਠਾ ਅਤੇ ਇੱਕ ਮੁੰਡਾ ਸਾਈਕਲ ਚਲਾ ਰਿਹਾ ਡੰਡੇ 'ਤੇ ਬਹਿ ਕੇ ਅਤੇ ਬਹੁਤ ਜ਼ਿਆਦਾ ਖੂਬਸੂਰਤ ਨਜ਼ਾਰਾ ਬਚਪਨ ਦੇ ਵਿੱਚ ਸਭ ਨੇ ਇਹ ਇਸ ਚੀਜ਼ ਦਾ ਆਨੰਦ ਲਿਆ ਹੋਇਆ ਅਤੇ ਇਹ ਹੈ ਸਿੱਖ ਮਾਰਸ਼ਲ ਆਰਟਸ ਯਾਨੀ ਕਿ ਗੱਤਕਾ ਅਤੇ ਸਾਡੇ ਸਿੱਖ ਕੌਮ ਦੀ ਮਸ਼ਹੂਰ ਇਹ ਖੇਡ ਹੈ ਜਿਹਨੂੰ ਖੇਡ ਕਹਿ ਸਕਦੇ ਹੋ ਤੁਸੀਂ ਗੱਤਕਾ ਹੈ ਨਾ ਜਿਹੜਾ ਹਰ ਸਿੱਖ ਨੂੰ ਇਹ ਸਿੱਖਣਾ ਚਾਹੀਦਾ ਅਤੇ ਇਹਨਾਂ ਨੇ ਆਪਣੇ ਬਹੁਤ ਜ਼ਿਆਦਾ ਸਿੰਘਾਂ ਨੇ ਜੌਹਰ ਵਿਖਾਏ ਬਹੁਤ ਜ਼ਿਆਦਾ ਵਧੀਆ ਲੱਗਿਆ ਨੂੰ ਕੰਢੇ ਖੜ੍ਹੇ ਕਰਤੇ ਇਹਨਾਂ ਨੇ ਅਤੇ ਤੁਸੀਂ ਵੀ ਇੱਕ ਵਾਰੀ ਇਹ ਵੇਖੋ ਅਤੇ ਇਸ ਚੀਜ਼ ਦਾ ਆਨੰਦ ਲਓ ਆਹ
ਚੱਕਰ ਸਿੱਖਣੀ ਚਾਹੀਦੀ ਹੈ ਜਦਗਾ ਆਪਾਂ ਬਾਹੂਬਲੀ ਦੇਖੀ ਜਾ ਰਹੇ ਹਾਂ ਅਸਲ ਚੀਜ਼ਾਂ ਦਾ ਪਹਿਲਾਂ ਪਹਿਲਾਂ ਸਾਰੇ ਸਿੱਖ ਸਿੱਖਦੇ ਸੀ ਨਾ ਆ ਚੀਨੀਆਂ ਜਪਾਨੀਆਂ ਕੋਲ ਸੀਗੀ ਆਪ ਵਿੱਦਿਆ ਆਪਣੇ ਸਿੱਖਾਂ ਕੋਲ ਜਿਹੜਾ ਘੱਟ ਸੀਗੀ ਐਵੇਂ ਥੋੜ੍ਹੀ ਕਹਿੰਦੇ ਮਾਰਸ਼ਲ ਕੌਮ ਇਹ ਸਭ ਤੋਂ ਖੂਬਸੂਰਤ ਚੀਜ਼ਾਂ ਜਿਹੜੀਆਂ ਕਿ ਸਾਡੇ ਪਿੰਡਾਂ ਦੇ ਵਿੱਚ ਹੁੰਦੀਆਂ ਸੀ ਅਤੇ ਹੁਣ ਇਹ ਚੀਜ਼ਾਂ ਗਵਾ ਚੁੱਕੀਆਂ ਨੇ ਇਹ ਖੇਡਾਂ ਇਹ ਜਿਹੜੇ ਤੁਸੀਂ ਦੇਖ ਸਕਦੇ ਹੋ ਬੰਦਾ ਦੰਦ ਦੇ ਨਾਲ ਗਾਡਰ ਚੱਕ ਕੇ ਅਤੇ ਉਹ ਮਾਰਦਾ ਆਹ ਦੇਖਿਓ ਤੇ ਇਹ ਸਭ ਤੋਂ ਮਸ਼ਹੂਰ ਇਹ ਤੁਸੀਂ ਅਕਸਰ ਟੀਵੀ ਦੇ ਵੀ ਦੇਖੀਆਂ ਹੋਣਗੀਆਂ ਨਾ ਮੇਲਿਆਂ ਦੇ ਵਿੱਚ ਪੁਰਾਣੇ ਹੈ ਨਾ ਤੁਸੀਂ ਵੀਡੀਓ ਦੇ ਵਿੱਚ ਪੁਰਾਣੀਆਂ ਵੀਡੀਓ ਦੇ ਵਿੱਚ ਇਹ ਜ਼ਰੂਰ ਖੇਡ ਦੇਖੀ ਹੋਏਗੀ ਕਿ ਬੰਦਾ ਭੱਜ ਕੇ ਆਉਂਦਾ ਅਤੇ ਮੰਜਾ ਟੱਪ ਜਾਂਦਾ ਇੰਨਾ ਉੱਚਾ ਮੰਜਾ ਰੱਖਿਆ ਹੁੰਦਾ ਅਤੇ ਉਹ ਟੱਪ ਜਾਂਦਾ ਅਤੇ ਹੁਣ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਓ
ਇਸ ਚੀਜ਼ ਬਾਰੇ ਤੁਹਾਨੂੰ ਦੱਸਣ ਦੀ ਬਿਲਕੁਲ ਲੋੜ ਨਹੀਂ, ਤੁਸੀਂ ਆਪ ਹੀ ਸਮਝ ਗਏ ਹੋਵੋਗੇ। ਅਤੇ ਇਹ ਲੋਕ ਮੌਤ ਦੇ ਨਾਲ ਖੇਡਦੇ ਨੇ, ਅਤੇ ਜਦੋਂ ਲਿਟਰਲੀ ਜਦੋਂ ਉੱਪਰ ਆਉਂਦੇ ਨੇ ਤਾਂ ਬੰਦੇ ਨੂੰ ਐਨ ਉੱਪਰ ਖੜਿਆਂ ਨੂੰ ਡਰ ਲੱਗਦਾ। ਅਤੇ ਮੈਂ ਇਹ ਸੋਚ ਰਿਹਾ ਸੀ ਵੀ ਇਹਨਾਂ ਨੂੰ ਕਿੱਦਾਂ ਦਾ ਫੀਲ ਹੁੰਦਾ ਹੋਏਗਾ, ਹਾਲਾਂਕਿ ਇਹਨਾਂ ਦੀ ਡੇਲੀ ਦੀ ਪ੍ਰੈਕਟਿਸ ਹੈ, ਪਰ ਫਿਰ ਵੀ ਇੱਕ ਵਾਰ ਤਾਂ ਮੌਤ ਨੂੰ ਹੱਥ ਲਾ ਕੇ ਮੁੜਦੇ ਨੇ ਇਹ, ਅਤੇ ਉੱਪਰ ਖੜਿਆਂ ਨੂੰ ਸਾਨੂੰ ਡਰ ਲੱਗ ਰਿਹਾ ਸੀ। ਅਤੇ ਤੁਸੀਂ ਹੁਣ ਆਪ ਇਹਦਾ ਆਨੰਦ ਲਓ। The next day. ਬਚਪਨ ਯਾਦ ਆ ਗਿਆ ਯਾਰ, ਚਲੋ ਚੱਲੀ ਉੱਧਰ ਨੂੰ। ਚਲੋ ਦੇਖੋ ਜੀ, ਇਹ ਹੈ ਗਧਾ ਤੇ ਇੱਧਰ ਆ ਦੂਜਾ ਗਧਾ, ਠੀਕ ਹੈ। ਤੇ ਇਹ ਦੁਨੀਆ ਦੇ ਬੋਝ ਥੱਲੇ ਦੱਬੇ ਹੋਏ ਨੇ, ਆ ਦੇਖੋ ਕਿੰਨਾ ਵਿਚਾਰੇ ਤੇ ਬੋਝ ਲੱਦਿਆ ਹੋਇਆ। ਕੈਮਰੇ 'ਚ ਵੀਡੀਓ ਬਣਾਉਣ ਵਾਲਾ ਸੀਨੀਅਰ ਆ ਸਾਡਾ। ਵੈਸੇ ਮੈਂ ਵੋਇਸ ਓਵਰ ਕਰਨਾ, ਆਵਾਜ਼ ਆਉਣੀ ਨਹੀਂ ਹੈਗੀ। ਸਹੀ ਹੈ ਉੱਦਾਂ ਵੀਡੀਓ ਦੱਸ।